ਬੜੀ ਖੁਸ਼ੀ ਦੀ ਗੱਲ ਹੈ ਨਿੰਦਰ ਪਿੰਡਗੜ ਦੀ ਧਰਤੀ ਦਾ ਮੇਰੇ ਵੀਰੋ ਚਾਰ ਖਿਡਾਰੀ ਆ ਉਧਰ ਆ ਹੈਪੀ ਬਾਈ ਜੀ ਅਗਲੇ ਮਹਿਲਾ ਦਲਬਾਗ ਨੂੰ ਵੀ ਮੇਰੇ ਬਾਈ ਨੂੰ ਟਾਈਮ ਦੇ ਦਿਓ ਤੇ ਉਦੋਂ ਬਾਅਦ ਅਮਰੀਕ ਤੇ ਹਰਦੀਪ ਬਾਈ ਉਹ ਵੀ ਵੇਟਿੰਗ 'ਚ ਬੈਠੇ ਆ ਉਹ ਵੀ ਬਾਈ ਸਵੇਰ ਤੇ ਐਂ ਬੈਠੇ ਆ ਲਾ ਵੀ ਮੇਰੇ ਵੀਰੋ ਇਧਰ ਹਾਂਜੀ ਕੈਪਟਨ ਜੀ ਲਾ ਜੀ ਇੱਕ ਜਿੱਥੇ ਸਾਡੇ ਵੀਰਾਂ ਨੇ ਫੱਕਰ ਬਾਬਾ ਦਾਮੂ ਸ਼ਾਹ ਜੀ ਪ੍ਰਬੰਧ ਕਮੇਟੀ ਵੱਲੋਂ ਮੈਂ ਪਹਿਲਾਂ ਕੰਮ ਗਿਣਾਏ ਆ ਉੱਥੇ ਪਾਣੀ ਲਈ ਲੰਗਰ ਹਾਲ ਉੱਪਰ ਸਟੀਲ ਦੀ ਟੈਂਕੀ ਵੀ ਮੇਰੇ ਵੀਰੋ ਇੱਕ ਬਣਾਈ ਗਈ ਹੈ ਜੋ ਕਿ ਇੱਕ ਲਿਫਟ ਲਗਾਈ ਗਈ ਹੈ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਵੀਰੋ ਪਾਣੀ ਲਈ ਲੰਗਰ ਹਾਲ ਉੱਪਰ ਇੱਕ ਸਟੀਲ ਦੀ ਟੈਂਕੀ ਵੀ ਬਣਾਈ ਗਈ ਹੈ ਜੋ ਕਿ ਇੱਕ ਲਿਫਟ ਲਗਾਈ ਗਈ ਹੈ ਅਸੀਂ ਕਹਿੰਦੇ ਸੁਖੇ ਨੇ ਜਿੰਨੇ ਕੰਮਾਂ ਦੀ ਲਿਸਟ ਦਰਸ਼ਕਾਂ ਨੇ ਸਾਂਝੀ ਕੀਤੀ ਹੈ ਇਹ ਭਾਗਾਂ ਵਾਲੀ ਧਰਤੀ ਹੈ ਵੀ ਇਹ ਨਗਰ ਦੇ ਵਿੱਚ ਇੰਨੇ ਜਿਹੜੇ ਕੰਮ ਹੈ ਟੂਰਨਾਮੈਂਟ ਪ੍ਰਬੰਧਕ ਕਮੇਟੀ ਉੱਧਰ ਫਕਰਾਂ ਦੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਰਹੀ ਤੇ ਨੰਬਰ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸਾਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਹੈ ਜਿਹਨਾਂ ਨੇ ਪਿੰਡ ਦੇ ਵਿੱਚ ਇੰਨੇ ਅਗਾਹ ਵਧੂ ਤੇ ਸੋਸ਼ਲ ਵਰਕ ਕੀਤੇ ਹੈ ਸਾਰੇ ਕਬੀਰ ਸਰਪੰਚ ਸਰਦਾਰ ਜਗਜੀਵਨ ਸਿੰਘ ਜੀ ਸਾਧੂ ਸਿੰਘ ਜੀ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਦੀਪਾ ਕੈਪਟਨ ਅਮਰਿੰਦਰ ਸਿੰਘ ਹੈ ਗੁਰਵਿੰਦਰ ਸਿੰਘ ਗਿੰਦਰ ਹੈ ਲਾਡੀ ਹੈ ਨਾਲ ਜੱਸਾ ਜੱਗਾ ਲਵੀ ਹੈ ਤੇ ਸੀਰਾ ਹੈ ਨਾਲ ਬਿੱਲਾ ਜੀਤਾ ਤੇ ਬਾਲਾ ਹੈ ਸਾਡੇ ਸਾਰੇ ਵੀਰ ਗੋਪੀ ਮੱਧੂ ਬੰਟੀ ਦੇ ਲੀਡਰ ਸਾਰੇ ਵੀਰਾਂ ਦਾ ਧੰਨਵਾਦ ਹੈ ਉਹਦੇ ਕਬੱਡੀ ਪੈ ਰਹੀ ਹੈ ਤੇ ਬਿੱਲੇ ਲਗੜੇ ਦਾ ਤਕੜਾ ਜੱਫਾ ਲਾਉਂਦਾ ਹੋਇਆ ਅਗਲੀ ਕਬੱਡੀ ਕਹਿੰਦੇ ਨੇ ਵੀ ਚੰਡਾਂ ਦੀ ਧਰਤੀ ਦਾ ਜੱਸਾ ਸਾਹਮਣੇ ਚਾਰ ਖਿਡਾਰੀ ਮੇਰੇ ਵੱਲੋਂ ਖੜੇ ਨੇ ਇੱਕ ਪਾਸੇ ਗੇਲੂ ਕੜਿਆਲ ਮੇਜਰ ਸਿੰਘ ਗਿੱਲ ਦਾ ਪੁੱਤਰ ਹੈ ਪਹਿਲੀ ਕੰਨੀ ਤੇ ਮਿੱਠੀ ਮਨੀਲਾ ਦਾ ਭਤੀਜਾ ਹੈਪੀ ਹੈ ਨਾਲ ਕਹਿੰਦੇ ਨੇ ਵੀ ਜਲਾਵਰ ਸਿੰਘ ਮੈਂਬਰ ਦਾ ਪੁੱਤਰ ਮੇਰਾ ਵੀਰ ਰਾਜਪਾਲ ਬਾਲੀ ਮੋਟਰਸਾਈਕਲਾਂ ਦਾ ਜੇਤੂ ਹੈ ਮੇਰੇ ਵੀਰੇ ਔਰ ਸਾਹਮਣੇ ਦੇਖਣਾ ਹੈ ਵੀ ਆ ਹੈ ਗੇਲੂ ਮੇਜਰ ਦਾ ਪੁੱਤਰ ਜੱਸੇ ਚੰਦਾ ਵਾਲੇ ਦੇ ਨਾਲ ਮੁਕਾਬਲਾ ਹੈ ਪਰ ਪੁਆਇੰਟ ਜੱਸੇ ਦਾ ਉਹਦਾ ਕਮਿਕਰ ਔਗਲ ਮੇਰੇ ਵੀਰੋ ਯਾਰਾਂ ਦਾ ਯਾਰ ਚੇਤੇ ਤੌਰ ਤੇ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਂਭੀ ਬੈਠਾ ਹੈ ਅਗਲੀ ਕਬੱਡੀ ਅਮਨਾ ਗੱਲ ਕਰੇਗਾ ਸਿਗਰਾਜ ਚੰਨਾ ਦਾ ਅਮਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਉਧਰ ਭਿੰਡਾਂ ਦੇ ਤੁੱਕੀ ਦਾ ਵੀ ਕਹਿੰਦੇ ਪ੍ਰਬੰਧਕੀ ਕਮੇਟੀ ਦੀ ਤਰਫੋਂ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਣਾ ਕਮਿਕਰ ਆਕੜ ਜੀ ਦਾ ਵੀ ਧੰਨਵਾਦ ਹੈ ਇਸ ਨਗਰ ਦੇ ਨਾਲ ਮੋਹ ਪਿਆਰ ਹੈ ਤੇ ਕਹਿੰਦੇ ਪ੍ਰਬੰਧਕਾਂ ਦੇ ਨਾਲ ਯਾਰੀ ਹੈ ਕਿ ਮਿਲ ਜਾਣ ਮੰਜ਼ਲਾਂ ਦੇ ਹੋਰ ਦੋ ਧਾਰੀਆਂ ਵਾਧੇ ਘਾਟੇ ਦੇਖ ਕੇ ਨਿਭਣ ਦਾ ਯਾਰੀਆਂ ਕਿ ਮਾਛੀ ਕੇ ਦੇ ਅਮਲੇ ਦੇ ਤੀਰ ਨਾਲ ਨਿਸ਼ਾਨੇ ਲੱਗੇ ਕੱਢੀ ਰਾਣੀ ਦੋਸ਼ ਹੱਥ ਫੜੀ ਹੋਈ ਕਮਾਨ ਤੇ ਕਿ ਸੁਖੀ ਲੋਕੋ ਯਾਰ ਹੋਵੇ ਹੀਰਿਆਂ ਤੋਂ ਕੀਮਤੀ ਕਿੱਦਾਂ ਨਹੀਂ ਉਹ ਜਾਂਦਾ ਮਾਨ ਹਰ ਇਨਸਾਨ ਦੇ ਪੈਰੀ ਕਬੱਡੀ ਦੀ ਗੱਲ ਕਰਿਆ ਦਾ ਸੁੱਖਾ ਕਰ ਜਾ ਰਿਹਾ ਲਾਓ ਵੀ ਸਾਹਮਣੇ ਕਹਿੰਦੇ ਨੇ ਵੀ ਦੋ ਨੰਬਰ ਦਾ ਕਹਿੰਦੇ ਧੰਦਾ ਵਾਲਾ ਤੇ ਦੋ ਨੰਬਰ ਦਾ ਜਿਹੜਾ ਬੰਦਾ ਵਾਲਾ ਇਹ ਲੱਗੇ ਹੋਏ ਜੱਫੇ ਦੀ ਗੱਲ ਔਰ ਜਿਹੜੀ ਅਗਲੀ ਸਾਂਝ ਮੈਚ ਤੇ ਪਾਉਣੀ ਹੈ ਉਹ ਦਲਬਾਗ ਬਰਾੜ ਮੇਰੇ ਵੀਰੋ ਗੱਜਣ ਵਾਲਾ ਜੀ ਮਸ਼ੀਨ ਮਿਲੀ ਹੈ ਤੇ ਨਾਲ ਤਾਰਾ ਕਿਸ਼ਨਪੁਰੀਆਂ ਇਧਰੋਂ ਵੀ ਚੁੰਡੀਆਂ ਵੱਡੀਆਂ ਜਾਂਦੀਆਂ ਇਧਰ ਗੇਜਾ ਇੰਦਗੜੀਆਂ ਜਿਹਨੂੰ ਮੇਰੇ ਵੀਰੋ ਅਗਲੇ ਸਾਲ ਸਾਡਾ ਵੀਰ ਜੀਤਾ ਲੋਹਾਰੇ ਵਾਲਾ ਨਾਲ ਦੀਪਾ ਤੇ ਨਾਲ ਹੀ ਮੇਰੇ ਵੀਰੋ ਕੈਪਟਨ ਅਮਰਿੰਦਰ ਸਾਡਾ ਵੀਰ ਇਹਨਾਂ ਵੱਲੋਂ ਹਰ ਭਗਵਾਨ ਆਸਟ੍ਰੇਲੀਆ ਸ਼ੀਰਾ ਲੋਹਾਰਾ ਇਹ ਮੇਰੇ ਵੀਰੋ ਵਾਸ਼ ਮਸ਼ੀਨ ਦਿੱਤੀ ਜਾਵੇਗੀ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਧੰਨਵਾਦ ਕਰਦੇ ਹਾਂ ਮੱਲੀ ਮੱਲੀਆਂ ਵਾਲਾ ਫੌਜੀ ਸਾਹਿਬ ਬਚਿੱਤਰ ਸਿੰਘ ਜੀ ਪਹੁੰਚ ਚੁੱਕੇ ਨੇ ਇੱਧਰ ਕਲਸੀਆਂ ਦੀ ਟੀਮ ਆਪਣਾ ਜਿਹੜਾ ਸਨਮਾਨ ਪ੍ਰਾਪਤ ਕਰ ਲਵੇ 500 ਦਾ ਸਨਮਾਨ ਕਲਸੀਆਂ ਦੀ ਟੀਮ ਵਾਹ ਜੀ ਵਾਹ ਸੁਰਜੀਤ ਸਿੰਘ ਜੀ ਜਰਮਨ ਤੋਂ ਪਹੁੰਚੇ ਨੇ ਉਧਰ ਨਿੰਮਾ ਮੰਡੇ ਕਦੇ ਮੇਲੇ ਦੀ ਆ ਅਗਲੀ ਗੱਲ ਨਿੰਮਾ ਬਾਗੜੀ ਹਰਜੋਤ ਬਾਗੜੀ ਤੇ ਸੋਲਾ ਸੈਨਾ ਵੀਰ ਸਮਾਜ ਵਾਲੇ ਪਿੰਡੋ ਵੀਰਾਂ ਦੀ ਤਰਫੋਂ ਕਲਸੀਆਂ ਦੀ ਟੀਮ ਦੇ ਲਈ 500 ਦਾ ਸਪੈਸ਼ਲ ਮਾਨ ਸਨਮਾਨ ਪੁੱਜਿਆ ਮੈਂ ਵੀ ਕਲਸੀਆਂ ਵਾਲਿਓ ਆਪਣਾ ਜਿਹੜਾ ਸਨਮਾਨ 500 ਪ੍ਰਾਪਤ ਕਰ ਲਓ ਅਗਲਾ ਮੈਚ ਰਸੂਲਪੁਰ ਦੇ ਬੁੱਟਰ ਤਲਵੰਡੀ ਭਗੇਰੀਆਂ ਤੇ ਦਿੜਬਾ ਮੰਡੀ ਯੋਧਪੁਰ ਟੀਮਾਂ ਦੇ ਬੁੱਗੀਪੁਰਾ ਖਜੋਲੀ ਹਰਿਆਣਾ ਦੇ ਇੰਦਗੜ ਤੇ ਅਗਲੇ ਬੋਲ ਬੋਲਣਗੇ ਸਾਡੇ ਸਾਥੀ ਬੁਲਾਰੇ ਗੱਜਣ ਵਾਲੇ ਦਾ ਦਿਲਬਾਗ ਤੇ ਤਾਰਾ ਕਿਸ਼ਨਪੁਰੀਆ ਸਾਡਾ ਪ੍ਰੈਜੀਡੈਂਟ ਹੈ ਸੋਹਣੇ ਬੋਲ ਬੋਲਣਗੇ ਹੈਲੋ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਤੇ ਨਹੀਂ ਜਾਣੇ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਕਹਿੰਦੇ ਫਕਰ ਫਕੀਰਾਂ ਦੀ ਧਰਤੀ ਮੇਰੇ ਵੀਰੋ ਅੱਜ ਲੋਹਾਰੇ ਦੀ ਧਰਤੀ ਤੇ ਵੱਡੀਆਂ ਲੱਗੀਆਂ ਹੋਈਆਂ ਰਾੜਕਾਂ ਤੇ ਇਧਰ ਮੁਕਾਬਲਾ ਜਿਹੜਾ ਕਲਸੀਆਂ ਤੇ ਕੰਡਿਆਲ ਦਾ ਹੋਇਆ ਕਲਸੀਆਂ ਦੀ ਟੀਮ ਜੇਤੂ ਹੈ
ਔਰ ਰਸੂਲਪੁਰ ਦੇ ਵੋਟਰ ਦੀਆਂ ਟੀਮਾਂ ਜਿਹੜੀਆਂ ਸੈਂਟਰ ਲਾਈਨ ਤੇ ਆਉਣਗੀਆਂ ਤਲਵੰਡੀ ਪੰਘੇਰੀਆਂ ਤੇ ਦਿੜਵਾ ਮੰਡੀ ਯੋਧਪੁਰ ਚੀਮਾ ਤੇ ਗੁੱਗੀਪੁਰਾ ਖਜੋੜਾ ਹਰਿਆਣਾ ਤੇ ਇੰਦਗੜ੍ਹ ਇਹ ਟੀਮਾਂ ਵੀ ਅਗਲੇ ਮੁਕਾਬਲੇ ਦੇ ਲਈ ਬਿਲਕੁਲ ਤਿਆਰ ਰਹਿਣਗੀਆਂ ਲਓ ਇੱਧਰ ਖੇਡ ਗਰਾਊਂਡ ਦੇ ਵਿੱਚ ਮੁਕਾਬਲਾ ਜਿਹੜਾ ਹੋਣਾ ਰਸੂਲਪੁਰ ਦੇ ਵੋਟਰ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਐਨ ਸਿਰੇ ਦਾ ਮੈਚ ਖੇਡਿਆ ਜਾਣਾ ਤੇ ਦਰਸ਼ਕ ਵੀਰ ਵੀ ਮੇਰੇ ਵੀਰੋ ਐਨ ਟਿਕੇ ਬੈਠੇ ਆ ਸੁਬਾਹ ਤੋਂ ਕਬੱਡੀ ਦੇ ਨਾਲ ਜੁੜੇ ਆ ਪੰਜਾਬੀ ਕਬੱਡੀ ਨੂੰ ਮੇਰੇ ਵੀਰੋ ਮਨਾ ਮੂਹੀ ਪਿਆਰ ਕਰਦੇ ਆ ਪੰਜਾਬੀਆਂ ਦੀ ਜਿੰਦ ਜਾਨ ਤੇ ਮਹਿਬੂਬ ਖੇਡ ਕਬੱਡੀ ਆ ਹੁਣ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਵੋਟਰ ਤੇ ਦੂਜੇ ਪਾਸੇ ਰਸੂਲਪੁਰ ਦੋਨੋਂ ਟੀਮਾਂ ਦੇ ਦਰਮਿਆਨ ਜਿਹੜੀ ਮੇਰੇ ਵੀਰੋ ਸਿਰੇ ਦੀ ਟੱਕਰ ਹੋ ਰਹੀ ਹੈ ਤਲਵੰਡੀ ਪੰਘੇਰੀਆਂ ਤੇ ਦਿੜਵਾ ਮੰਡੀ ਯੋਧਪੁਰ ਚੀਮਾ ਤੇ ਸੱਤਰ ਕਿਲੋ ਦਾ ਜਿਹੜਾ ਫਾਈਨਲ ਮੈਚ ਆਉਣਾ ਨਾ ਇਹ ਦੋਨੇ ਟੀਮਾਂ ਤਿਆਰ ਹੋ ਗਏ ਗਰਾਊਂਡ ਪਾਉਣ ਜਾਣ ਸੱਤਰ ਕਿਲੋ ਲਈ ਸੱਤਰ ਕਿਲੋ ਦਾ ਫਾਈਨਲ ਮੈਚ ਰਹਿੰਦਾ ਦੋਨੇ ਟੀਮਾਂ ਪਹੁੰਚ ਜਾਣ ਸੱਤਰ ਕਿਲੋ ਲਈ ਲਾ ਪਹਿਲੀ ਕਬੱਡੀ ਮੇਰੇ ਵੀਰੋ ਵੋਟਰ ਦੀ ਤਰਫੋਂ ਗੱਭਰੂ ਹੰਡਿਆਂ ਦੇ ਵਿਚਕਾਰ ਐਨ ਤਿਆਰੀ ਦੇ ਵਿੱਚ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਜਦੋਂ ਪਾਉਂਦਾ ਭਾਵੀ ਗੁਰੇਲ ਮੱਥਾ ਟੇਕ ਕੇ ਲੱਗ ਜਾਂਦਾ ਵਧੀਆ ਜੱਸਾ ਤੇ ਦੁਨੀਆ ਬੰਦੀ ਨੱਚ ਮਿੱਤਰੋ ਕਬੱਡੀ ਖੇਡ ਆ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਰਾ ਦੇ ਸੱਚ ਮਿੱਤਰੋ ਕਬੱਡੀ ਖੇਡ ਆ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਰਾ ਦੇ ਸੱਚ ਮਿੱਤਰੋ ਰਸੂਲਪੁਰੀ ਨੇ ਕੋਸ਼ਿਸ਼ ਕੀਤੀ ਤੇ ਪੁਆੜ ਜਿਹੜਾ ਇਹ ਟੋਕਰੀ ਵੋਟਰਾਂ ਵਾਲਾ ਗੱਭਰੂ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜ ਗਿਆ ਵੋਟਰ ਵਾਲਾ ਗੱਭਰੂ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਉਡਾਨ ਹੰਡਿਆਂ ਤੋਂ ਕਰਦਾ ਹੋਇਆ ਗੱਭਰੂ ਕਿ ਲਾਠੀਆਂ ਦੀ ਭੁੱਖ ਦੇਖ ਪਾਉਂਦੇ ਹੋਏ ਸਰੀਰ ਚੁੰਮਦੀ ਹੈ ਜਿੱਤ ਪਰ ਆੜ ਕੇ ਅਖੀਰਾਂ ਨੂੰ ਵੇਟ ਮਾਰਦੇ ਜਿਨ੍ਹਾਂ ਦੇ ਵਿੱਚ ਜਾ ਕੇ ਹੋਰ ਮਜ਼ਬੂਤ ਹੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਨੇ ਮੱਲਾਂ ਵੱਡੀਆਂ ਇਹ ਮੇਰੇ ਵੀਰੋ ਸੁੱਖਾ ਕਬੱਡੀ ਪਾ ਰਿਹਾ ਤੇ ਉੱਧਰ ਝਾਂਸੀ ਮੇਰੇ ਵੀਰੋ ਵੋਟਰ ਵਾਲਾ ਮਾਰਦਾ ਧੱਕੇ ਪੱਲੇ 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 ਕਬੱਡੀ ਕਬੱਡੀ ਹੋ ਗਈ ਮਿੱਤਰੋ ਤੇ ਪੁਆੜ ਜਿਹੜਾ ਇਹ ਸੁੱਖੀ ਨੇ ਮੇਰੇ ਵੀਰੋ ਰਸੂਲਪੁਰ ਦੀ ਟੀਮ ਦੇ ਲਈ ਜੋੜ ਦਿੱਤਾ ਤਲਵੰਡੀ ਪੰਘੇਰੀਆਂ ਤੇ ਦਿੜਵਾ ਮੰਡੀ ਅਗਲੇ ਮੁਕਾਬਲੇ ਦੀਆਂ ਟੀਮਾਂ ਬਿਲਕੁਲ ਤਿਆਰ ਰਹਿਣਗੀਆਂ ਲਾ ਇਕਬਾਲ ਕੋਕਰੀ ਵੋਟਰਾਂ ਵਾਲਾ ਮੇਰੇ ਵੀਰੋ ਅਗਲੀ ਇੱਕ ਕਹਿੰਦੇ ਮਤੋਕਿਆਂ ਵਾਲੇ ਨੇ ਕਬੱਡੀ ਜਵਾਨੀ ਦੇ ਪੈਰ ਦੇ ਵਿੱਚ ਤਕੜੀ ਖੇਡੀ ਹੈ ਇੱਕ ਗਾਲਬ ਵਾਲਾ ਸੋਹਣੇ ਬੋਲ ਬੋਲਦਾ ਹੈ ਇਹ ਆ ਕੋਕਰੀ ਵੋਟਰਾਂ ਵਾਲਾ ਇਕਬਾਲ ਸਿੰਘ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਇੱਧਰ ਫਿਰ ਕਨਫਰੰਸ ਵਾਲੇ ਸਾਡੇ ਕੁਲਦੀਪ ਸਿੰਘ ਜੀ ਸੁੱਕੇ ਰਾਜਿਆਣੇ ਵਾਲੇ ਦੇ ਲਈ ਮਾਣ ਪਿਆਰ ਜਿਹੜਾ ਪੂਜਾ ਕੀਤਾ ਹੈ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਵੇਖੋ ਵੋਟਰ ਦੀ ਟੀਮ ਦੇ ਵੱਲੋਂ ਪਈ ਹੋਈ ਕਬੱਡੀ ਦੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਹੈ ਇਸ ਤੋਂ ਅਗਲਾ ਮੈਚ ਰਸੂਲਪੁਰ ਤਲਵੰਡੀ ਪੰਘੇਰੀਆਂ ਤੇ ਦਿੜਵਾ ਮੰਡੀ ਲਓ ਅਗਲਾ ਮੈਚ ਐਨ ਸਿਰੇ ਦਾ ਖੇਡਿਆ ਜਾਣਾ ਪਰ ਆਹ ਗੱਭਰੂ ਦੇਖੋ ਸਰੀਰ ਮੁੱਠੀ ਭਰ ਉੱਧਰ ਚਾਰ ਜਾਫੀ ਆ ਮੇਰੇ ਵੀਰ ਚਾਹ ਦੇ ਵਿੱਚੋਂ ਕੀਤੀ ਹੋਈ ਕੋਸ਼ਿਸ਼ ਗੱਭਰੂ ਇੱਧਰ ਬੇਨਤੀ ਹੈ ਲਾਡੀ ਇੱਧਰ ਬਾਈ ਪਰਾਜ ਪਹੁੰਚੇ ਕਹਿੰਦੇ ਬੁੱਟਰ ਦੀ ਟੀਮ ਤੇ ਰਸੂਲਪੁਰ ਵੱਲੋਂ ਪ੍ਰਬੰਧਕ ਵੀ ਰੱਖਦੇ ਵੀ 2000 ਰੁਪਇਆ ਜਿਹੜਾ ਇਤਰਾਜ਼ ਫੀਸ ਜਮ੍ਹਾਂ ਕਰਵਾ ਦਿਓ ਇਤਰਾਜ਼ ਜਿਹੜਾ ਫਿਰ ਮੰਨਿਆ ਜਾਣਾ ਪਰ ਉੱਧਰ ਵੋਟਰ ਵਾਲਾ ਗੱਭਰੂ ਪਾਉਂਦਾ ਹੈ ਕਬੱਡੀ ਮੇਰੇ ਵੀਰ ਖੇਡਦੇ ਮੈਦਾਨ ਦੇ ਵਿੱਚ ਕਿ ਪਹਿਲੇ ਸਮੇਂ 'ਚ ਸੀ ਕੌਲੀਆਂ ਗਲਾਸ ਮਿਲਦੇ ਫਿਰ ਮਿਲਣ ਲੱਗੇ ਸਾਈਕਲ ਜੀ ਹੁਣ ਕਬੱਡੀ ਨੇ ਹੈ ਤਰੱਕੀ ਕੀਤੀ ਮਿਲਦੇ ਮੋਟਰਸਾਈਕਲ ਤੇ ਗੱਡੀਆਂ ਜੀ ਤਾਰਾ ਕਿਸ਼ਨਪੁਰੇ ਦਾ ਆਖਦਾ ਕਿ ਖਾੜਿਆਂ 'ਚ ਸੌਖੀਆਂ ਨਹੀਂ ਪੈਂਦੀਆਂ ਕਬੱਡੀਆਂ ਜੀ ਖਾੜਿਆਂ 'ਚ ਸੌਖੀਆਂ ਨਹੀਂ ਪੈਂਦੀਆਂ ਕਬੱਡੀਆਂ ਜੀ ਇੱਧਰ ਸੇਮੀਆਂ ਲੋਪੋ ਪਿੰਡ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਸੰਤ ਦਰਬਾਰਾ ਸਿੰਘ ਜੀ ਆਏ ਸੇਵਕਾਂ ਦੇ ਬੇੜੇ ਪਾਰ ਲਗਾਏ ਰਹਿੰਦੀ ਮਾਝ ਮੋਜੀਆਂ ਦੀ ਲੋਪੋ ਪਿੰਡ ਵਿੱਚ ਚੱਲਦੀ ਗੱਡੀ ਰਾਜੇ ਜੋਗੀਆਂ ਦੀ ਕਹਿੰਦੇ ਸੰਤ ਦਰਬਾਰਾ ਸਿੰਘ ਜੀ ਦੀ ਧਰਤੀ ਲੋਪੋ ਪਰ ਆ ਲੋਪੋ ਵਾਲਾ ਸੇਮੀ ਮੇਰੇ ਵੀਰੋ ਪਾਉਂਦਾ ਹੋਇਆ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਉੱਧਰ ਜਾਫੀ ਕਰਦਾ ਹੋਇਆ ਕੋਸ਼ਿਸ਼ ਤੇ ਪੁਆਇੰਟ ਜਿਹੜਾ ਸੇਮੀ ਨੇ ਮੇਰੇ ਵੀਰੋ ਇਹ ਰਸੂਲਪੁਰ ਦੀ ਟੀਮ ਦੇ ਲਈ ਜੋੜ ਦਿੱਤਾ ਤਲਵੰਡੀ ਇੱਧਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਫਿਰ ਗੱਭਰੂ ਵਾਧਾ ਹੋਇਆ ਇੱਧਰ ਸੁਰਜੀਤ ਸਿੰਘ ਜੀ ਲੰਡੇ ਕੇ 1000 ਰੁਪਏ ਜਿਹੜਾ ਪ੍ਰਬੰਧ ਕਮੇਟੀ ਦੇ ਲਈ ਪੁੱਜਦਾ ਕਰ ਰਹੇ ਹੈ
ਮੈਂ ਵੀ ਮਨਦੀਪਾ ਉੱਪਰ ਪੁੱਜਦਾ ਕਰਦੇ ਸੁਰਜੀਤ ਸਿੰਘ ਜੀ ਲੰਡੇ ਕੇ ਟੂਰਨਾਮੈਂਟ ਪ੍ਰਬੰਧ ਕਮੇਟੀ ਲਈ 1000 ਰੁਪਏ ਦੇ ਯੋਗਦਾਨ ਪੁੱਜਦੇ ਕੀਤੇ। ਉਧਰ ਸਤਨਾਮ ਵੱਡੇ ਘਰ ਤੋਂ ਆਪਣੇ ਸਾਥੀਆਂ ਨੂੰ ਸਟੇਜ ਦੇ ਲਾਗੇ ਮਿਲੀ। ਨੇਕੀ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਹੈ ਨੌਜਵਾਨ ਭਾਵੀ ਦੇ ਹਿੱਸੇ ਜੁੜਦਾ ਹੋਇਆ। ਇਹ ਖੁਖਰਾਣਾ ਪਿੰਡ ਹੈ ਜਿਸ ਪਿੰਡ ਦੇ ਵੇਲੇ ਹੋਣੇ ਹੁਣ ਕਬੱਡੀ ਖੇਡੀ ਹੈ। ਛੋਟਾ ਬੁੱਟਰ ਵਾਲਾ ਬੜਾ ਪ੍ਰਸਿੱਧ ਹੋਇਆ ਹੈ ਪਰ ਇਧਰਲੇ ਪਾਸੇ ਗੁਰੀ ਖੁਖਰਾਣੇ ਵਾਲਾ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਤਲਵੰਡੀ ਪੰਘੇਰੀਆਂ ਤੇ ਚੀਮਾ ਯੋਧਪੁਰ ਤੇ ਬੁੱਢੀਪੁਰਾ ਖਿਆਲੀ ਹਰਿਆਣਾ ਤੇ ਇੰਦਗੜ੍ਹ ਦੀਆਂ ਟੀਮਾਂ ਇਸ ਤੋਂ ਅਗਲੇ ਮੈਚਾਂ ਦੇ ਲਈ ਪੁੱਜਣਗੀਆਂ। ਇਹ ਸੇਮੀ ਲੋਕੋ ਵਾਲਾ ਜਿਸ ਪਿੰਡ ਦਾ ਸ਼ਿੰਦਾ ਹੈ ਬੱਗੀ ਨੂੰ ਕਬੱਡੀ ਦਾ ਸਚਿਨ ਤੇਂਦੁਲਕਰ ਆਖਿਆ ਗਿਆ ਹੈ ਤੇ ਵੇਖੋ ਖੇਡ ਮੈਦਾਨ ਦੇ ਵਿੱਚ ਸੇਮੀ ਲੋਕੋ ਵਾਲਾ ਕਬੱਡੀ ਪਾ ਰਿਹਾ ਹੈ। ਉਧਰਲੇ ਪਾਸੇ ਨੇਕੀ ਆ ਪੁੱਤਰਵਾ ਆਹ ਵੇਖੋ ਸਾਹਮਣੇ ਰੇਹੜੀ ਸਾਹ ਤੇ ਉਧਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ ਬਖੂਹੇ ਵਾਲੇ ਤੇ ਪੁੱਜੇ ਆ। ਆ ਬਾਈ ਜੀ ਰਸੂਲਪੁਰ ਦਾ ਨਾ ਤਰਾਇਆ ਆ ਬੁੱਟਰ ਤੇ ਕਹਿੰਦੇ ਚਾਰ ਬਾਰੋ ਖੇਡਦੇ ਆ। ਇਕਬਾਲ ਸਿੰਘ ਵੀਰ ਵੀਰੋ ਕੋਕਰੀ ਬੁੱਟਰ ਪਿੰਡ ਦਾ ਅਗਲੀ ਉਡਾਨ ਕਰਦਾ ਹੋਇਆ ਖੇਡਦੇ ਮੈਦਾਨ ਦੇ ਵਿੱਚ ਸੋਨੇ ਦੀ ਚਿੜੀ ਪੰਜਾਬ ਦਿਲ ਦਰਿਆਲੇ ਜੱਟਾਂ ਦੀ ਗਜ ਗਜ ਹਿੱਕਾ ਚੌੜੀਆਂ ਤੇ ਮੁਖੜੇ ਪੇ ਡੱਕਦੇ ਨੇ। ਇਹ ਗੱਭਰੂ ਮੇਰੇ ਪੰਜਾਬ ਦੇ ਬੜੇ ਸੋਹਣੇ ਲੱਗਦੇ ਨੇ। ਇਹ ਗੱਭਰੂ ਮੇਰੇ ਪੰਜਾਬ ਦੇ ਬੜੇ ਸੋਹਣੇ ਲੱਗਦੇ ਨੇ, ਵਾਕਈ ਬੜੇ ਸੋਹਣੇ ਲੱਗਦੇ ਆ ਜਦੋਂ ਖੇਡਦੇ ਮੈਦਾਨ ਦੇ ਵਿੱਚ ਤਕੜਾ ਪ੍ਰਦਰਸ਼ਨ ਕਰਦੇ ਮੇਰੇ ਵੀਰੋ। ਤਾਂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗੱਭਰੂ ਉਡਾਨ ਕਰਦਾ ਹੋਇਆ ਕਿ ਪਰਦੇਸੀ ਪੰਜਾਬੀਆਂ ਨੇ ਪੰਜਾਬ ਦੀ ਜਵਾਨੀ ਬਚਾਈ, ਕੱਖਾਂ ਦੀ ਇਹ ਖੇਡ ਯਾਰੋ ਲੱਖਾਂ ਦੀ ਬਣਾਤੀ, ਇਸ ਖੇਡ ਨੇ ਸਦਾ ਹੀ ਮੱਲ ਵੱਡੀ ਹੈ ਮਾਰੀ, ਡਾਲਾ ਤੇ ਪਾਂਡਾ ਵਿੱਚ ਖੇਡਦੇ ਯਾਰੋ ਕਬੱਡੀ ਦੇ ਖਿਡਾਰੀ, ਡਾਲਾ ਤੇ ਪਾਂਡਾ ਵਿੱਚ ਖੇਡਦੇ ਯਾਰੋ ਕਬੱਡੀ ਦੇ ਖਿਡਾਰੀ, ਜਿਹੜੇ ਕੈਨੇਡਾ ਵਿੱਚ ਖੇਡਦੇ ਉਹਨਾਂ ਨੂੰ ਡਾਲਰ ਮਿਲਦੇ, ਜਿਹੜੇ ਇੰਗਲੈਂਡ ਵਿੱਚ ਖੇਡਦੇ ਉਹਨਾਂ ਨੂੰ ਪਾਊਂਡ ਮਿਲਦੇ, ਜਿਹੜੇ ਯੂਰਪ ਵਿੱਚ ਖੇਡਦੇ ਯੂਰੋ ਮਿਲਦੇ, ਪਰ ਆਹ ਦੇਖੋ ਪੰਜਾਬ ਦੇ ਵਿੱਚ ਨੋਟ ਰੁਪਈਏ ਮਿਲਦੇ। ਵਾਹ ਤੇਰੇ ਗੱਭਰੂ, ਇਹਨੂੰ ਕਹਿੰਦੇ ਆ ਢਿੱਲੀ ਲਾਂਗ ਦਾ ਮੁਕਾਦਮਾ ਭਾਰੀ ਕਿ ਠਾੜੇ ਦਾ ਫੈਸਲਾ ਸੋਚ ਕੇ ਕਰੇ। ਇਧਰਲੇ ਪਾਸੇ ਧੰਨਵਾਦ ਸੇਵ ਸਿੰਘ ਘੋਲੀਆ ਗਰੁੱਪ ਦੇ ਸਾਰੇ ਸਾਡੇ ਪਿੰਡ ਦਾ ਸਰਪੰਚ ਘੋਲੀਆ ਹਰਵਿੰਦਰ ਖੱਡੂ ਕਾਲੇ ਕੇ ਵਾਲਾ ਦੇ ਨਾਲ ਲੱਖ ਪ੍ਰਧਾਨ ਹੋਣੀ ਤੇ ਤਾਊ ਹੋਣੀ ਮੇਮੀ ਹੋਣੀ ਘੋਨੇ ਹੋਣੀ ਰਾਜਦੀਪ ਰਾਜੂ ਸਮਾਧ ਦੇ ਨਾਲ ਸੋਨੇ ਮਨਜੋਤ ਵਰਗੇ ਤਮਿੱਤਰ ਅਗਰ ਹੋਣੀ ਪੁੱਜੇ ਹੈ। ਯਾਰੀਆਂ ਕਹਿੰਦੇ ਕੈਪਟਨ ਹੋਣਾ ਦੇ ਨਾਲ ਲਾਡੀ ਹੋਣਾ ਦੇ ਨਾਲ ਹੈ, ਅੱਜ ਯਾਰਾਂ ਦੀਆਂ ਯਾਰੀਆਂ ਪਵਾਈਆਂ ਜਾ ਰਹੀਆਂ। ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਗੱਲ ਸੁਣ ਲਾ ਬੋਲਿਆ ਮੇਰੀ ਫਿਰ ਹੋ ਜੂ ਵਾਲੀ ਦੇਰੀ, ਖੇਰਾ ਨਸ਼ਿਆਂ ਦਾ ਤੂੰ ਛੱਡ ਕਰ ਮਿਹਨਤ ਡੰਡ ਬੈਠ ਕੇ ਕੱਢ, ਨਿਗਾਹ ਚੜ ਗਿਆ ਕਿਸੇ ਪ੍ਰਮੋਟਰ ਦੇ ਕਨੇਡਾ ਘੱਲ ਵੀ ਤੇ ਮੁੰਡਿਆਂ ਛੱਡ ਨਸ਼ਿਆਂ ਦਾ ਖਹਿੜਾ, ਆ ਜਾ ਕੌਡੀ ਵੱਲ ਵੀ ਮੁੰਡਿਆਂ ਛੱਡ ਨਸ਼ਿਆਂ ਦਾ ਖਹਿੜਾ, ਆ ਜਾ ਕੌਡੀ ਵੱਲ ਵੀ। ਉਧਰਲੇ ਪਾਸੇ ਵੇਖੋ ਸਾਹਮਣੇ ਜੱਫਾ ਲੱਗ ਚੁੱਕਿਆ ਹੈ ਸੁੱਖੇ ਤੇ, ਇਧਰਲੇ ਪਾਸੇ ਨੌਜਵਾਨ ਗੱਭਰੂ ਸੇਮੀ ਰੱਖਿਆ ਜਾ ਚੁੱਕਿਆ ਹੈ। ਮੈਚ ਸਮਾਪਤ ਹੈ ਪਰ ਇਤਰਾਜ ਜਿਹੜਾ ਲੱਗਿਆ ਹੋਇਆ ਹੈ ਉਹ ਇਤਰਾਜ ਕਮੇਟੀ ਵਾਲੇ ਸਾਡੇ ਸੱਜਣ, ਇਧਰ ਦਿਰਬੇ ਦੀ ਟੀਮ ਪੁੱਜ ਗਈ ਹੈ ਨੌਜਵਾਨ ਸੱਤੀ ਦਿਰਬੇ ਵਾਲਾ ਜਿੱਤਣ ਵਾਲੀ ਟੀਮ ਦੇ ਲਈ 200 ਰੁਪਏ ਦਾ ਪ੍ਰਾਈਜ਼ ਦੇਣਗੇ, ਪਰ ਫੈਸਲਾ ਜਿਹੜਾ ਮੇਰੇ ਵੀਰੋ ਇਹ ਪ੍ਰਬੰਧਕ ਵੀਰ ਕਰਨਗੇ ਕਿਉਂਕਿ ਇਤਰਾਜ ਲੱਗਾ ਹੋਇਆ। ਲੋ ਕਬੱਡੀ ਦੇ ਜਿਹੜੇ ਵੱਡੇ ਸਟਾਰ ਪੁੱਜੇ ਹੋਏ ਆ ਮੇਰੇ ਵੀਰੋ, ਇੱਧਰ ਸ਼ੀਰਾ ਮਾਰਿਆ ਵਾਲੀ ਦਾ ਉਹ ਵੀ ਨਾਲ ਪੁੱਜਾ ਹੋਇਆ, ਸਿਰੇ ਦੀ ਖੇਡ ਜਿਹੜੀ ਹੋਣੀ ਹੈ ਤਲਵੰਡੀ ਪੰਘੇਰੀਆਂ ਤੇ ਦਿੜਵਾ ਮੰਡੀ ਯੋਧਪੁਰ ਚੀਮਾ ਤੇ ਬੁੱਢੀਪੁਰਾ ਹਰਿਆਣਾ ਤੇ ਇੰਦਗੜ੍ਹ ਇਹ ਟੀਮਾਂ ਵੀ ਜਿਹੜੀਆਂ ਟੀਮ ਜਿੱਤੀ ਆ। ਇਤਰਾਜ ਲੱਗਾ ਜੀ, ਇਤਰਾਜ ਇਤਰਾਜ ਵਗੈਰਾ। ਉਧਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਦਿਰਬਾ ਵਰਸੀ ਤਲਵੰਡੀ ਪੰਘੇਰੀਆਂ। ਕਬੱਡੀ ਦੇ ਜਿਹੜੇ ਵੱਡੇ ਸਟਾਰ ਮੇਰੇ ਵੀਰੋ ਅੱਜ ਲਵਾਰੇ ਦੇ ਵਿੱਚ ਪੁੱਜੇ ਹੋਏ ਆ, ਉੱਥੇ ਕਬੱਡੀ ਦੇ ਖੇਡ ਪ੍ਰਮੋਟਰ ਵੀ ਮੇਰੇ ਵੀਰੋ
ਕਹਿੰਦੇ 365 ਤੋਂ ਲਾਈਵ ਦੇਖ ਰਹੇ ਆ ਸੁੱਖਾ ਕਟੂਪੁਰੀਆ ਇੰਡੀਆ ਦੇ ਵਿੱਚ ਤੇ ਲੀਲਾ ਵਾਲਾ ਮੋੜਾ ਤੇ ਕਹਿੰਦੇ ਮਲੂਕ ਕਿਸ਼ਨਪੁਰੀਆ ਮੇਰੇ ਵੀਰੋ ਉਹ ਵੀ ਅੱਜ ਦਾ ਇੱਕ ਖੇਡ ਮੇਲਾ ਲਾਈਵ ਦੇਖ ਰਹੇ ਆ ਪਰ ਇੱਧਰ ਕਹਿੰਦੇ ਬਿੰਦਰ ਸਿੱਧੂ ਮਨੀਲੇ ਵਾਲਾ ਮੇਰੇ ਵੀਰੋ ਸਿੱਧਵਾ ਕਲਾਂ ਵਾਲਾ ਉਹ ਵੀ ਅਚੇਚੇ ਤੌਰ ਤੇ ਪੁੱਜਾ ਹੋਇਆ ਕਿਉਂਕਿ ਲੁਹਾਰੇ ਦੇ ਵਿੱਚ ਜਿਹੜੇ ਵੱਡੇ ਮੇਰੇ ਵੀਰੋ ਇਨਾਮ ਫੋਰ ਟਰੈਕਟਰ ਰੱਖੇ ਗਏ ਆ ਸਿੱਧੀ ਦਾ ਸਾਹ ਹਜੇ ਵੀ ਚੜਿਆ ਸਿੱਧੀ ਕਹਿੰਦਾ ਵੀ ਸਾਡਾ ਮੇਰਾ ਤੇ ਮਣੀ ਦਾ ਤੇ ਬਿੱਲੇ ਦਾ ਜ਼ੋਰ ਬਹੁਤ ਲੱਗਾ ਟੀਮਾਂ ਬੁਲਾਉਣ ਲਈ ਅੱਜ ਦਾ ਕੋਈ ਜਿੱਟ ਨਹੀਂ ਟੀਮਾਂ ਪੁੱਜ ਗਈਆਂ ਫਕਰਾਂ ਦੀ ਧਰਤੀ ਹੈ ਦੁਨੀਆ ਭਰ ਦੇ ਵਿੱਚ ਗੱਲਾਂ ਹੁੰਦੀਆਂ ਵੀ ਲੋਹਾਰੇ ਦੇ ਵਿੱਚ ਕਬੱਡੀ ਦਾ ਕੰਪੈਨ ਸਿਰੇ ਦਾ ਖੇਡਿਆ ਜਾਂਦਾ ਹੈ ਦੁਨੀਆ ਦੇ ਸਟਾਰ ਪੁੱਜਦੇ ਹੈ ਤੇ ਅੱਜ ਦਰਸ਼ਕ ਵੀ ਵੱਡੀ ਤਦਾਦ ਦੇ ਵਿੱਚ ਪੁੱਜੇ ਹੈ ਸਾਰੀ ਸੰਗਤ ਜੁੜ ਬੈਠੀ ਹੈ ਉਧਰ ਸਰਬਜੀਤ ਸਿੰਘ ਜੀ ਰੌਲੀ ਸਾਡੇ ਦਰਮਿਆਨ ਪੁੱਜੇ ਚੜ੍ਹਦੀ ਕਲਾ 6:20 ਦੇ ਕਹਿੰਦੇ 24 ਤਰੀਕ ਨੂੰ ਇਸ ਖੇਡ ਮੇਲੇ ਦਾ ਜਿਹੜਾ ਲਾਈਵ ਪ੍ਰਸਾਰਣ ਕੀਤਾ ਜਾਣਾ ਹੈ ਇਧਰਲੇ ਪਾਸੇ ਤਲਵੰਡੀ ਭੰਗੇਰੀਆਂ ਦੀ ਟੀਮ ਹੈ ਤੇ ਵੇਖੋ ਦੂਜੇ ਪਾਸੇ ਹੋ ਗਿਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਇਹ ਹੈ ਨੌਜਵਾਨ ਵੇਖੋ ਖੇਡ ਮੈਦਾਨ ਦੇ ਵਿੱਚ ਰਾਜ ਦੇ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਰਾਜ ਨੇ ਜੋੜ ਦਿੱਤਾ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਤੇ ਹੈਗੀ ਕਬੱਡੀ ਪਾਉਣ ਦੇ ਲਈ ਇੱਕ ਭਿੰਡਰਾਂ ਵਾਲੇ ਨੇ ਕਹਿੰਦੇ ਸਿਰੇ ਦੀ ਕਬੱਡੀ ਖੇਡੀ ਹੈ ਇੱਕ ਮੋਟਰਸਾਈਕਲਾਂ ਦਾ ਪਿੰਡ ਪੁੱਜਿਆ ਹੋਇਆ ਹੈ ਚੱਲਦੇ ਮੈਚ ਦੇ ਵਿੱਚੋਂ ਟੀਮ ਜਿਹੜੀ ਦਿੜਵੇ ਮੰਡੀ ਦੀ ਜੇਤੂ ਹੈ ਮੇਰੇ ਵੀਰੋ ਦਿੜਵੇ ਮੰਡੀ ਦੀ ਟੀਮ ਜਿਹੜੀ ਜੇਤੂ ਹੈ ਯੋਧਪੁਰ ਚੀਮਾ ਤੇ ਬੁੱਗੀਪੁਰ ਯੋਧਪੁਰ ਚੀਮਾ ਤੇ ਬੁੱਗੀਪੁਰਾ ਖੰਜੋਲਾ ਹਰਿਆਣਾ ਤੇ ਇੰਦਗੜ੍ਹ ਇਹ ਟੀਮਾਂ ਵੀ ਬਿਲਕੁਲ ਤਿਆਰ ਰਹਿਣਗੀਆਂ ਕਿਵੇਂ ਹੋਈ ਆ ਇਹ ਦੱਸਿਓ ਮਾੜਾ ਨਾਲ ਹੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਵੀ ਅਗਲੇ ਰਾਊਂਡ ਦੀਆਂ ਟਾਈਆਂ ਜਿਹੜੀਆਂ ਕੱਢ ਦਿੱਤੀਆਂ ਜਾ ਰਹੀ ਇੱਧਰ ਸੁਖਮੰਦਰ ਸਿੰਘ ਯਾਲ ਢੱਲੇ ਕੇ ਪਿੰਡ ਵਾਲੇ ਉਹ ਵੀ ਅਚੇਚੇ ਤੌਰ ਤੇ ਪੁੱਜੇ ਹੋਏ ਆ ਜਿਨ੍ਹਾਂ ਨੇ ਕਦੇ ਸੁੱਖੇ ਕੰਡਿਆਲ ਦੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤੇ ਸੀ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਉਹ ਵੀ ਪਹੁੰਚੇ ਹੋਏ ਜੇ ਆ ਦੋ ਦਰ ਉੱਤੇ ਪਹੁੰਚਣ ਤੇ ਲਓ ਮੁਕਾਬਲਾ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਯੋਧਪੁਰ ਚੀਮਾ ਤੇ ਬੁੱਗੀਪੁਰੇ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਕਹਿੰਦੇ ਸਿਰੇ ਦਾ ਨਾਚ ਖੇਡਿਆ ਜਾ ਰਿਹਾ ਇਹ ਵੀ ਮੇਰੇ ਵੀਰੋ ਯੋਧਪੁਰ ਚੀਮੇ ਵਾਲਾ ਫੌਜੀ ਪੁੱਜਾ ਹੋਇਆ ਕਹਿੰਦੇ ਇਹ ਵੀ ਕਬੱਡੀ ਦਾ ਤਾਰ ਹੈ ਲੈ ਵੀ ਪ੍ਰਗਟ ਯੋਧਪੁਰ ਚੀਮੇ ਵਾਲਾ ਵੀ ਪੁੱਜਾ ਹੋਇਆ ਪ੍ਰਗਟ ਇੱਕ ਵਾਰੀ ਹੱਥ ਖੜੇ ਕਰ ਧੂਣ ਗੋੜ ਦੇ ਵਿੱਚ ਲੰਡੀ ਜੀ ਦਾ ਜੇਤੂ ਹੈ ਮੇਰੇ ਵੀਰੋ ਪਹੁੰਚ ਗਿਆ ਇਹਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਬਾਈ ਹਰਬੰਸ ਸਿੰਘ ਬਿਜਲੀ ਵਾਲਾ ਇਲੈਕਟ੍ਰੀਸ਼ਨ ਇਹਦਾ ਵੀ ਧੰਨਵਾਦ ਕਰਦੇ ਹਾਂ ਬਾਈ ਟਾਈਮ ਤੇ ਹੀ ਪਹੁੰਚ ਗਿਆ ਇਧਰ ਕਹਿੰਦੇ ਪ੍ਰਗਟ ਪੁੱਜਾ ਯੋਧਪੁਰ ਚੀਮੇ ਵਾਲਾ ਜਿਹਨੇ ਧੂੜਕੋਟ ਰਸੀ ਦੇ ਵਿੱਚ ਲੰਡੀ ਜੀਤ ਜਿੱਤੀ ਹੈ ਮੇਰੇ ਵੀਰੋ ਅੱਜ ਕਬੱਡੀ ਦੇ ਜਿਹੜੇ ਵੱਡੇ ਸਟਾਰ ਪੁੱਜੇ ਆ ਤੇ ਕਹਿੰਦੇ ਮੇਰੇ ਵੀਰੋ ਗੰਗਾ ਵਾਲਾ ਗਰਲਾਲ ਵੀ ਪੁੱਜਾ ਹੋਇਆ ਇਹ ਵੀ ਕਬੱਡੀ ਦਾ ਜਿਹੜਾ ਵੱਡਾ ਸਟਾਰ ਆ ਮੇਰੇ ਵੀਰੋ ਆ ਬਾਈ ਸੱਤਰ ਵਾਲੇ ਜੀ ਸਾਨੂੰ ਦੱਸਣ ਸੱਤਰ ਵਾਲੇ ਆ ਕੇ ਮੈਲ ਉਹਨਾਂ ਦਾ ਮੈਚ ਕਰਾਉਣਾ 70 ਕਿਲੋ ਦੋਨੇ ਟੀਮਾਂ ਗਰਾਊਂਡ ਚ ਪਹੁੰਚ ਜਾਣ ਖਯੋਲੀ ਹਰਿਆਣਾ ਤੇ ਇੰਦਗੜ੍ਹ ਦੀਆਂ ਟੀਮਾਂ ਖਯੋਲੀ ਤੇ ਇੰਦਗੜ੍ਹ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ ਹੁਣ ਮੈਂ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਮੇਰੇ ਪੰਜਾਬੀ ਵੀਰੇ ਇੱਕ ਪਾਸੇ ਬੁੱਢੀਪੁਰਾ ਪਿੰਡ ਹੈ ਕਬੱਡੀ ਦੇ ਦੋਨੇ ਟੀਮਾਂ ਦੇ ਪਲੇਅਰ ਆ ਗਏ ਮਿਲਣਾ ਤੇ ਨਹੀਂ ਆਈ ਦੂਜਾ ਜਿਹੜੀ ਜਿੱਤੀ ਉਹ ਜੇਤੂ ਕਰਾਰ ਦੇ ਦੇਣਾ ਤਰਾਏ ਵਾਲੀਆਂ ਟੀਮਾਂ ਪਹੁੰਚਣ ਆ ਕੇ
ਲਵੀ ਅੱਜ ਮੇਰੇ ਵੀਰੋ ਲੋਹਾਰੇ ਦੇ ਵਿੱਚ ਕਹਿੰਦੇ ਵੀ 10 ਵਜੇ ਜਿਹੜੇ ਮੈਚ ਸਟਾਰਟ ਹੋ ਗਏ ਹੈ ਤੇ ਜਾਂ ਫਿਰ ਸਿੱਧਵਾਂ ਕਲਾਂ ਦੇ ਵਿੱਚ ਮੇਰੇ ਵੀਰੋ ਜਿਹੜੇ 10 ਵਜੇ ਮੈਚ ਸਟਾਰਟ ਹੋਏ ਸੀ ਇਹ ਵੀ ਕਬੱਡੀ ਦੇ ਖੇਡ ਮੇਲਿਆਂ ਦੇ ਨਿਯਮ ਬਣ ਜਾਂਦੇ ਆ ਮੇਰੇ ਵੀਰੋ ਰੂਲ ਐਂਡ ਰੈਗੂਲੇਸ਼ਨ ਬਣ ਜਾਂਦੇ ਆ ਕਹਿੰਦੇ ਸਿੱਧਵਾਂ ਕਲਾਂ ਦੇ ਵਿੱਚ ਵੀ 10 ਵਜੇ ਜਿਹੜੇ ਮੈਚ ਸਟਾਰਟ ਹੋਏ ਸੀ ਪਰ ਓਪਨ ਦੇ ਪਰ ਇੱਥੇ ਅੱਜ 70 ਕਿਲੋ ਦੇ ਜਿਹੜੇ ਮੈਚ ਸਟਾਰਟ ਹੋਏ ਸੀ ਜਿਹੜੇ ਓਪਨ ਦੇ ਮੈਚ ਹੈ ਉਹ ਲੇਟ ਹੋਏ ਆ ਮੇਰੇ ਵੀਰੋ ਪਰ ਆਹ ਦੇਖੋ ਹੁਣ ਖੇਡ ਗਰਾਊਂਡ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਖੇਡਦੇ ਮੈਦਾਨ ਪੂਰੇ ਦੀ ਟੀਮ ਮੇਰੇ ਪੰਜਾਬੀ ਵੀਰੋ ਸੜਕ ਵਾਲੇ ਪਾਸੇ ਹੈ ਤੇ ਦੂਜੇ ਪਾਸੇ ਟੀਮ ਹੈ ਯੋਧਪੁਰ ਦੀ ਟੀਮ ਹੈ ਪਹਿਲੀ ਕਬੱਡੀ ਸੱਤਾ ਲੰਗੇ ਵਾਲੇ ਪਿੰਡ ਦਾ ਇਹ ਹੈ ਲੰਗੇ ਵਾਲੇ ਨਵੇਂ ਪਿੰਡ ਦਾ ਜਿੱਥੋਂ ਦਾ ਸ਼ਿੰਦਾ ਅਨਪੜ੍ਹ ਹੈ ਤੇ ਨਿਰਮਲ ਕਬੱਡੀ ਦੇ ਬੋਲ ਬੋਲਦਾ ਹੈ ਇਧਰਲੇ ਪਾਸੇ ਕਬੱਡੀ ਪੈ ਗਈ ਹੈ ਤੇ ਹੁਣ ਵੇਖੋ ਚਾਰ ਜਾਫੀ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਇਹ ਹੈ ਫੌਜੀ ਇੱਕ ਕਰੋੜ ਵਾਲਾ ਇੱਕ ਕਹਿੰਦੇ ਰੌਤੇ ਵਾਲੇ ਨੇ ਕਬੱਡੀ ਖੇਡੀ ਹੈ ਤੇ ਗੱਲਾਂ ਗਗੜੇ ਵਾਲੇ ਦੀਆਂ ਵੀ ਹੋਈਆਂ ਮੇਰੇ ਵੀਰੋ ਹੁਣ ਵਜਣੀਆਂ ਤਾਰੀਆਂ ਲਓ ਪੁਆਇੰਟ ਜਿਹੜਾ ਮੇਰੇ ਵੀਰੋ ਇਹ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਫੌਜੀ ਵੀ ਮੇਰੇ ਵੀਰੋ ਜਦੋਂ ਹੰਦਿਆਂ ਤੇ ਆ ਕੇ ਪੁਸ਼ ਕਰਦਾ ਤੇ ਦਰਸ਼ਕ ਪੂਰੇ ਜੋਰ ਦੇ ਨਾਲ ਮੇਰੇ ਵੀਰੋ ਤਾੜੀਆਂ ਮਾਰਦੇ ਪਤਾ ਲੱਗ ਜਾ ਵੀ ਅੱਜ ਲੋਹਾਰੇ ਦੇ ਵਿੱਚ ਕਬੱਡੀ ਕੱਪ ਚੱਲ ਰਿਹਾ ਇੱਕ ਵਾਰੀ ਜੋਰਦਾਰ ਤਾੜੀਆਂ ਮਾਰ ਦੋ ਕਿਉਂਕਿ ਕਬੱਡੀ ਦੇ ਜਿਹੜੇ ਵੱਡੇ ਸਟਾਰ ਪੁੱਜੇ ਹੋਏ ਮੇਰੇ ਵੀਰੋ ਲਓ ਆ ਸਾਹਮਣੇ ਪਤਾ ਹੈ ਕਬੱਡੀ ਗੱਭਰੂ ਉਧਰ ਚਾਰ ਜਾਫੀ ਬੁੱਗੀਪੁਰੇ ਦੀ ਧਰਤੀ ਦੇ ਮੇਰੇ ਵੀਰੋ ਪਰ ਆ ਧਾਵੀ ਪਾਉਂਦਾ ਹੈ ਕਬੱਡੀ ਵਾਹ ਤੇਰੇ ਗੱਭਰੂ ਉਧਰੇ ਕਹਿੰਦੇ ਫੁੱਲੇ ਵਾਲੀ ਅਸ਼ੀਰਾ ਕਰ ਰਿਹਾ ਫੈਸਲਾ ਕਿ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਕੋਈ ਸਿੱਧਾ ਨਹੀਂ ਤਕੜਾ ਜੰਮਦਾ ਜਿਹੜਾ ਰਾਤੋ ਰਾਤ ਮਰਨ ਨੂੰ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਤੇ ਲੀਲਾ ਵਾਲਾ ਮੋਹਰਾ ਗੱਲਾਂ ਸੱਚ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਹੌਲੀ ਹੌਲੀ ਬੰਦਾ ਪੌੜੀ ਚੜ੍ਹਦੀ ਸਿੱਖਦਾ ਇੱਧਰ ਜਿਹੜੇ ਪਾਸੇ ਵੀ ਜੱਫੇ ਲੱਗਦੇ ਆ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ ਦੋਨੋਂ ਟੀਮਾਂ ਨੇ ਹਰ ਇੱਕ ਜੱਫੇ ਦੇ ਉੱਪਰ 100-100 ਰੁਪਏ ਦੇ ਮਾਣ ਪਿਆਰ ਜਿਹੜੇ ਬਖਸ਼ੇ ਜਾਣਗੇ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਮੇਰੀ ਬੇਨਤੀ ਹੈ ਖਜੋਲੀ ਤੇ ਇੰਦਗੜ੍ਹ ਦੀਆਂ ਟੀਮਾਂ ਪੁੱਜਣਗੀਆਂ ਆ ਗੱਭਰੂ ਦਾ ਧੌਲਾ ਪਿੰਡ ਹੈ ਤੇ ਜਗਪਾਲ ਸਿੰਘ ਨਾਏ ਤੇ ਟੀਮੇ ਯੋਧਪੁਰ ਦੀ ਟੀਮ ਸੀਜ਼ਨ ਦੇ ਵਿੱਚ ਐਨ ਸਿਰੇ ਦੀਆਂ ਕਬੱਡੀਆਂ ਪਾਉਂਦਾ ਆ ਰਿਹਾ ਹੈ ਚਾਹੇ ਉਂਗਲਾ ਕਬੱਡੀਆਂ ਇੱਕ ਹੱਥ ਦੀਆਂ ਤੇ ਕਬੱਡੀ ਐਨ ਟਿਕਾਣੇ ਦੀ ਪਾਉਂਦਾ ਹੈ ਇਹ ਜਗਪਾਲ ਇਧਰਲੇ ਪਾਸੇ ਛੋਲੇ ਵਾਲਾ ਕਬੱਡੀ ਪਾ ਰਿਹਾ ਹੈ ਤੇ ਦੂਜੇ ਪਾਸੇ ਵੇਖੋ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਬੁੱਗੀ ਪੁਰੀਆ ਉਧਰਲੇ ਪਾਸੇ ਵੇਖੋ ਸਾਹਮਣੇ ਨੌਜਵਾਨਾਂ ਦਾ ਲੱਗਿਆ ਜ਼ੋਰ ਉਧਰਲੇ ਪਾਸੇ ਇਧਰਲੇ ਪਾਸੇ ਗੁਰਲਾਲ ਗੰਗੇ ਵਾਲਾ ਨੌਜਵਾਨ ਗੱਭਰੂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਗੁਰਲਾਲ ਤੇ ਜਗਪਾਲ ਕਿਵੇਂ ਯੋਧਪੁਰ ਦੀ ਟੀਮ ਦੇ ਲਈ ਇਹ ਸੀਜ਼ਨ ਦੇ ਵਿੱਚ ਖੇਡਦੇ ਆ ਰਹੇ ਹੈ ਤੇ ਸਿੱਧਾ ਨੌਜਵਾਨ ਗੱਭਰੂ ਇਸ ਵੇਲੇ ਕਬੱਡੀ ਪਾ ਰਿਹਾ ਹੈ ਲੰਗੇ ਵਾਲੇ ਪਿੰਡ ਦਾ ਤੇ ਦੂਜੇ ਪਾਸੇ ਹੁਣ ਚਾਰ ਜਾਫੀ ਹੈ ਇੱਕ ਵੀ ਤੇ ਨੌਜਵਾਨ ਪ੍ਰਗਟ ਨਾਲ ਕਾਕੇ ਵਰਗੇ ਇੱਕ ਵੀ ਤੇ ਫੌਜੀ ਹੈ ਤੇ ਹੁਣ ਵੇਖੋ ਸੱਤੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੋ ਗਿਆ ਮੁਕਾਬਲਾ ਇਹ ਕਾਕਾ ਮੇਰੇ ਪੰਜਾਬੀ ਵੀਰੋ ਚੀਮੇ ਯੋਧਪੁਰ ਵਾਲਾ ਚੀਮੇ ਯੋਧਪੁਰ ਦਾ ਕਾਕਾ ਤੇ ਆ ਚੱਲਿਆ ਝਲੂਰ ਦੇ ਕਬੱਡੀ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ ਇਹ ਮਾਰ ਨਾਭੇ ਵਾਲਾ ਤੇ ਕਿਸ਼ਨਪੁਰੀਆ ਕਰੂ ਲਵ ਮਾਰ ਨਾਭੇ ਵਾਲਾ ਗੱਭਰੂ ਮੇਰੇ ਵੀਰੋ ਇਸ ਵਕਤ ਪਾਉਂਦਾ ਹੈ ਕਬੱਡੀ ਕਦੇ ਝਲੂਰ ਦੇ ਵਿੱਚੋਂ ਮੋਟਰਸਾਈਕਲ ਜਿੱਤਿਆ ਪਰ ਆਹ ਦੇਖੋ ਹੁਣ ਬੋਲਿਆ ਹੋਇਆ ਭਰਾਵਾ ਜੱਟਾਂ ਮਾਰ ਨਾਭੇ ਦੀ ਧਰਤੀ ਦਾ ਮੇਰੇ ਵੀਰੋ ਬੜੇ ਇੱਕਦਾਰ ਟੀਮਾਂ ਬੋਲੀ ਚੱਲ ਇੱਕ ਜਿਹੜੀ ਟੀਮ ਦੇ ਇਤਰਾਜ ਲੱਗਣਾ ਸਾਨੂੰ ਕੋਈ ਟੀਮ ਨਹੀਂ ਲਿਆ ਕੇ ਮਿਲੀ ਨਹੀਂ ਜਿਹੜੀ ਜਿੱਤੀ ਆ ਉਹਨੂੰ ਜੇਤੂ ਕਰਾਰ ਦੇ ਦੇਣਾ ਉਧਰ ਮੇਰੀ ਬੇਨਤੀ ਹੈ ਵੀ ਇੰਦਗੜ੍ਹ ਤੇ ਖਜੋਲੀ ਦੀ ਟੀਮ ਜਲਦੀ ਦੇ ਨਾਲ ਪੁੱਜਣਗੀਆਂ ਉਧਰ ਸਾਡੇ ਜਸਪਾਲ ਸਿੰਘ ਜੀ ਪੱਪੂ ਬਚਨ ਸਿੰਘ ਐਂਡ ਕੰਪਨੀ ਗੁਰਲਾਲ ਦੇ ਲਈ ਗੰਗੇ ਵਾਲੇ ਲਈ 100 ਰੁਪਏ ਦੇ ਮਾਣ ਪਿਆਰ ਪੁੱਜਦੇ ਕਰ ਰਹੇ ਹੈ ਬਾਬਾ ਧੰਨਵਾਦ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਦੇ ਅਗਲੀ ਕਬੱਡੀ ਗੁਰਲਾਲ ਗੁਰਲਾਲ ਗੰਗਾ ਦੀ ਧਰਤੀ ਦਾ ਲਓ ਗੁਰਲਾਲ ਗੰਗੇ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਖੇਡਦੇ ਮੈਦਾਨ ਦੇ ਵਿੱਚ ਕਿ ਕਿਹਨੇ ਬੈਠਕਾਂ ਕਿਹਨੇ ਕਿਹਨੇ ਖਾਧੀਆਂ ਨੇ ਦੇਸੀ ਘਿਓ ਦੀਆਂ ਚੂੜੀਆਂ ਵਧੀਆ ਖਿਡਾਰੀ ਦਾ ਖਿਤਾਬ ਕਿਹਦੇ ਹਿੱਸੇ ਆਉਣਾ ਜੇਤੂ ਸੀ ਦੱਸਿਓ ਜੀ ਵੀ ਕਿਹੜੀ ਟੀਮ ਉਸ ਮੁਕਾਬਲੇ ਦੀ ਜੇਤੂ ਟੀਮ ਸੀਗੀ ਜੇਤੂ
उधर पैण का भी ध्यान रख, उधर पैण का भी इधर कहते भी जे मार नाभे वाले जंटे कोई जफा लावेगा तो सरमंदर सिंह जी यहां सार बड़े बड़े मान सम्मान देंगे। पर उधर जाफी कहते फुगी पुरी कद फुगी पुरी शीरे की चर्चा सी, कद भंडर वाले शीरे की चर्चा सी, पर फुआट जरा जसा मेरा भाई जिथे आवाज सुनता वे पेंट वाले के नाल रवे, कई बार भुलेखा पै जाना बंदे दो पता लग जाता जसा। गुरमीत सिंह थौड़े ने कोशिश की थी, पर पुआट जो ढाबी के हिस्से है संत बाबा गुरदीप सिंह जी चंद पुराने वाले विशेष तौर पर पुजे है खेड मैदाना के विशेष तौर पर मान सम्मान जरा गुरमीत सिंह जी चेयरमैन जमकौर सिंह नौजवान सभा वाले साढ़े सज्जना के वालों मलेरकोटले वाले साढ़े डॉक्टर साहबान जी उन्हों का मान सम्मान जरा किया जाना है। चल भी नौजवान का पा भी कबड्डी के इधरले पासे है थाने के लागे करके गंगा पिंड है इस कबड्डी के खिलाड़ी का एक कहते मारू पिंड वाला घनौर के नाम बड़े दुनिया भर के प्रसिद्ध किया है। इधरले पासे गुरनार कबड्डी पा रहे खेड़ बरार हुए चार जाफी है फुगी पूरा पिंड है चीरे वर्गे कबड्डी के स्टार है। उधरले पासे देखो हूं पई हुई कबड्डी चार जाफिया के उपर उधर की कोशिश नौजवान कदर इसने गुरमीत सिंह थावड़ा पर जफा नहीं ला सकिया पॉइंट जरा है नौजवान धावी ने हिस्से जुड़ा हुआ है। इधर मेरे भीर छत्ता कबड्डी पाता है इधर सतनाम वे घर वाला अपने मोटरसाइकिल को जाए लो छत्ता मेरे भीर पाता है कबड्डी इधर कहते खेड़ के मैदान प्रगट ने कोशिश की पर मनी धूड़ पिंड का करता है इशारा कि पॉइंट जोड़ा भावी दे हिस्से जुड़ा हुआ मेरे भीर। अगली कबड्डी पाने लिए मौर नाभे की धरती का जनता कबड्डी खेड के मैदान के जिदा भरते ने उडारी पंछी समाना ओदा भरते ने उडारी खिडारी मैदाना परखे लाने के जोर जवाना अज सारिया के सामने चंद वागू चमकूगा केड़ा अज तारिया के सामने चंद वागू चमकूगा केड़ा अज तारिया के सामने। उधर कहते लंडन तो मेरे भीर साउथ वे को कुलविंदर कोकी कहते परमजीत बिल्लू यूके वाला वह भी अज का एक खेड मेला लाइव देख रहे हैं कुलविंदर कोकी परमजीत बिल्लू का अगली कबड्डी पाने उड़ान कर रहे हैं। इधरले पासे गुगलपुरे की टीम की तरफों नौजवान गभरू ने कबड्डी पा दी है। उधर इकबाल सिंह मुसाफिर कनेडा के हरदेव मंडवाला इकबाल हेर के नाल गोरे होली के मलकीत मल्ली होली डोली भाई वाले पुजे बहुत सारा मान प्यार भी पूजा किया है। लाओ सामने पवाए जरा नौजवान भावी के हिस्से जुड़ता है। चल भी नौजवान पा भी कबड्डी अज लोहारे रौनक है ते पूरी दुनिया भर दी निगाह है अज रात के 10-11 बजे तक पता लगू भी अज तेरे दो भागा वाले खिलाड़ी थोड़ा के उपर बैठे ये चंगे वाला कबड्डी पाया हो खेड़ मैदान तेजी भी पुजा हो कबड्डी का स्टार उधरले पासे देखो पवाड़ जरा है गुरलाल अपनी टीम के हिस्से जोड़ता हुआ है। चल भी नौजवान पा भी सत्ते लंगिया ना पेंदा नौजवान गभरू वेखो कबड्डी पाता है चार जाफी चीमा योगपुर की धरती दे की आगे ने दीवार वेखो खिंच के तैयारियां मेहरबान के नाल कहने पाटियां शिंगारियां लगूगा मैदान विच जोर चोटी अटी का कौटी तो बन जाए हीरा जिन्हों लग जाए इश्क कबड्डी का कौटी तो बन जाए हीरा जिन्हों लग जाए इश्क कबड्डी का कबड्डी के नाल इश्क पंजाबियों का दुनिया हिस्से जोड़ता हुआ है। चल भी नौजवान पा भी कबड्डी नाल ही खजोली हिंदगढ़ टीम उधर मान सम्मान जे संत बाबा गुरदीप सिंह जी चंद पुराने वाले खूहे वाले उन्होंने किए जा रहे हैं। इधरले पासे देखो हम कबड्डी बुगी पुरी नौजवान गभरू कबड्डी मेरे भीर जेड़ा अपनी टीम जोड़ गया अगली कबड्डी पाने लिए कहते गंगा की धरती का मेरे भीर गुरलाल पाता कबड्डी खेड़ के मैदान इधर गुरलाल की पाई हुई कबड्डी खेड़ के मैदान के बीमा लंघिया की बार साल चले कद काठ मुंडे ने कमाल कर चढ़की जवानी अथरी की जगते पाता है कबड्डी थापी मार परते पाता है कबड्डी थापी मार परते उधर मारी हुई परते थापी भाई यार मलेर भी
ਦਾ ਟਾਈਮ ਬਹੁਤ ਹੋ ਗਿਆ 70 ਕਿਲੋ ਉਧਰ ਕਿਲੋ ਦੀ ਬੇਨਤੀ ਹੈ 70 ਕਿਲੋ 70 ਕਿਲੋ ਭਾਰ ਦੀਆਂ ਜਿਹੜੀਆਂ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਜਲਦੀ ਦੇ ਨਾਲ ਹੋਰਾ ਦਰਬਾਰ ਨੋਟ ਕਰ ਲਓ ਮੋਰ ਨਾਭਾ ਤੇ ਕੋਟੀ ਸੇਖਾਂ ਮੋਰ ਨਾਭਾ ਤੇ ਕੋਟੀ ਸੇਖਾਂ ਮੋਰ ਨਾਭਾ ਤੇ ਕੋਟੀ ਸੇਖਾਂ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਟੀਮਾਂ ਜਲਦੀ ਦੇ ਨਾਲ ਤਿਆਰ ਹੋ ਕੇ ਖੇਡ ਮੈਦਾਨਾਂ ਦੇ ਵੱਲੋਂ ਪੁੱਜਣਗੀਆਂ ਮੋਰ ਨਾਭਾ ਵਰਸੀ ਕੋਟੀ ਸੇਖਾਂ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਮੋਰ ਨਾਭਾ ਤੇ ਕੋਟੀ ਸੇਖਾਂ ਹਿੱਸੇ ਜੁੜ ਗਿਆ ਹੈ ਤੇ ਮੁਕਾਬਲਾ ਜਿਹੜਾ ਸਮਾਪਤ ਹੈ ਉਧਰ ਚੱਲਦੇ ਮੈਚ ਦੇ ਵਿੱਚ ਉਹ ਟੀਮ ਜਿਹੜੀ ਯੋਧਪੁਰ ਚੀਮੇ ਦੀ ਜੇਤੂ ਹੈ ਇਹ ਪ੍ਰਬੰਧ ਵੀ ਨੋਟ ਕਰ ਲੈ ਰਹੇ ਯੋਧਪੁਰ ਚੀਮੇ ਦੀ ਟੀਮ ਜਿਹੜੀ ਜੇਤੂ ਹੈ ਪਹਿਲੇ ਮੈਚ ਜਿਹੜਾ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਬਾਈ ਉਹ ਹੈਲੋ ਬਾਈ ਦਾ ਪੈਣ ਦੱਸੀ ਸੂਰਪੁਰ ਦੇ ਬੁੱਟਾਂ ਦੇ ਜੇਤੂ ਘਰਾਰ ਦੇਣਾ ਕਿਹਦੇ ਪੈਣ ਉੱਤੇ ਸੀਗੇ ਉਹ ਇਹ ਸੇਪੀ ਨੇ ਲਿਖੇ ਸੀਗੇ ਮੈਂ ਦੱਸਦਾ ਤੁਹਾਨੂੰ ਲੈ ਜੋਧਪੁਰ ਚੀਮੇ ਦੀ ਟੀਮ ਜਿਹੜੀ ਚੱਲਦੇ ਮੈਚ ਦੀ ਜੇਤੂ ਹੈ ਅਗਲੇ ਮੈਚ ਦੀਆਂ ਟੀਮਾਂ ਮੋਰ ਨਾਭਾ ਤੇ ਕੋਟੀ ਸੇਖਾ ਇਹ ਟੀਮਾਂ ਵੀ ਗਰਾਊਂਡ ਦੇ ਵਿੱਚ ਜਾਣਗੀਆਂ ਮੋਰ ਨਾਭਾ ਤੇ ਗੁਰਦਰ ਦੀ ਟੀਮ ਦੇ ਪੁਆਇੰਟ ਜਿਹੜੇ 7.5 ਰਹੇ ਸੀ ਤੇ ਰਸੂਲਪੁਰ ਦੇ 7 ਰਹੇ ਸੀ ਉਸ ਮੁਕਾਬਲੇ ਦੇ ਵਿੱਚ ਪੁਆਇੰਟਾਂ ਦੇ ਆਧਾਰ ਤੇ ਤਾਂ ਬੁੱਟਰ ਜੇਤੂ ਨਹੀਂ ਸੀ ਜੀ ਬਾ ਠੀਕ ਆ ਬੁੱਟਰ ਜੇਤੂ ਕਰਾਰ ਆ ਜੀ ਉਸ ਮੁਕਾਬਲੇ ਦੇ ਵਿੱਚ ਬੁੱਟਰ ਦੀ ਟੀਮ ਜਿਹੜੀ ਜੇਤੂ ਇਹੀ ਹੈ 3 ਅਪ੍ਰੈਲ 1, 2 ਤੇ 3 ਅਪ੍ਰੈਲ ਜਿਹੜੀ ਜ਼ਿਲ੍ਹੇ ਲੁਧਿਆਣੇ ਦੇ ਲੋਹਾਰਾ ਪਿੰਡ ਦੇ ਕਬੱਡੀ ਟੂਰਨਾਮੈਂਟ ਦੀਆਂ ਤਰੀਕਾਂ 1,75,000 ਪ੍ਰਾਈਜ ਐਂਬੈਸਡਰ ਦੇ ਜਾਥੀਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ 4, 2 ਤੇ 3 ਤਰੀਕ ਹੈਪੀ ਲੋਹਾਰੇ ਦੇ ਵੱਲੋਂ ਵੀਰ ਨੂੰ ਵੀ ਬੇਨਤੀ ਆ ਕਿ ਲਾਈਟਾਂ ਆਨ ਕਰ ਦੇ ਮੁਕਾਬਲਾ ਜਿਹੜਾ ਵੀਰ ਨੂੰ ਵੀ ਬੇਨਤੀ ਆ ਇਧਰ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਪੰਜਾਬ ਦੀ ਟੀਮ ਹੈ ਇੰਦਗੜ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਜਿਹੜੀ ਹਰਿਆਣੇ ਸਟੇਟ ਦੀ ਟੀਮ ਹੈ ਖਿਆਲੀ ਦੀ ਟੀਮ ਪੁੱਜ ਗਈ ਹੈ ਖਿਆਲੀ ਵਰਸੀ ਇੰਦਗੜ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਹੁਣ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ ਟੀਮਾਂ ਦੋਨੋਂ ਹੀ ਦੁਨੀਆ ਭਰ ਦੇ ਸਟਾਰਾਂ ਦੇ ਨਾਲ ਲੈਸ ਹੈ ਇਧਰ ਹਰਪ੍ਰੀਤ ਸਿੰਘ ਪੰਬ ਰੌਲੀ ਵਾਲਾ ਲੰਮੇ ਸਮੇਂ ਦੇ ਬਾਅਦ ਵਾਪਸੀ ਕੀਤੀ ਹੈ ਨੌਜਵਾਨ ਗੱਭਰੂ ਪੁੱਜ ਗਿਆ ਤੇ ਨਾਲ ਲੱਖਾਂ ਸਰਾਵਾਂ ਵਾਲਾ ਉਧਰਲੇ ਪਾਸੇ ਸ਼ਿੰਦਰ ਵਰਗੇ ਨੌਜਵਾਨ ਰਵੀ ਝੰਡਿਆਂ ਨੇ ਪਿੰਡ ਦਾ ਪੁੱਜਿਆ ਹੋਇਆ ਹੈ ਤੇ ਇਧਰਲੇ ਪਾਸੇ ਵੇਖੋ ਟੀਮ ਹਰਿਆਣੇ ਦੇ ਖਜੌਲੀ ਦੀ ਹੈ ਤੇ ਪਹਿਲੀ ਕਬੱਡੀ ਇੱਕ ਰਵੀ ਕਹਿੰਦੇ ਆਲੋਵਾਲ ਢੇਰੀਆਂ ਦਾ ਕਬੱਡੀ ਖੇਡਦਾ ਹੈ